ਸਵੇਰੇ ਸਵੇਰੇ ਉੱਠ ਗਈਆਂ ਵਾ ਰੀਤ ਅਤੇ ਸਿਮਰਤ, ਅਤੇ ਰੀਤ ਅੱਜ ਪਹਿਲੇ ਦਿਨ ਪਾਪਾ ਕੋਲ ਗਈ ਹੈ, ਸਵੇਰੇ ਸਵੇਰੇ ਉੱਠਦੇ ਹਾਂ, ਉੱਦਾਂ ਨਹੀਂ ਤੈਨੂੰ ਮੈਂ ਚਾਹੀਦੀ ਹੁੰਦੀ ਹੈ। ਅੱਜ ਪਾਪਾ ਕੋਲ ਚੜ ਗਈ ਸਵਰ 'ਤੇ, ਰੋਈ ਵੀ ਨਹੀਂ ਬਿਲਕੁਲ ਵੀ, ਪਹਿਲਾਂ ਦਿਲ ਨਹੀਂ ਸੀ ਲੱਗਾ ਇੱਕ ਦੋ ਦਿਨ, ਪਰ ਹੁਣ ਠੀਕ ਆ। ਇੱਧਰ ਸਿਮੋ ਦੇ ਨਖਰੇ ਚੱਲਣ ਦੀ ਪੌਣੇ 11 11 ਵਜਣ 'ਚ ਅਜੇ 20 ਮਿੰਟ ਬਾਕੀ ਆ। ਹੁਣ ਰੋਟੀ ਤੈਨੂੰ ਮਿਲੀ ਮੇਰੇ ਪੁੱਤ ਨੂੰ? ਹੈ ਬੜਾ ਕੰਮ ਕੀਤਾ ਅੱਜ ਤੂੰ। ਆਹੋ ਅਸੀਂ ਖਾ ਲਈ ਆ, ਸਿਮੋ ਨੇ ਵੀ ਖਾ ਲਈ ਆ, ਰੀਤ ਖਾ ਕੇ ਸੌਂ ਗਈ, ਉਹ ਛੇਤੀ ਰੱਜ ਜਾਂਦੀ ਆ, ਉਹ ਛੇਤੀ ਛੇਤੀ ਖਾ ਲੈਂਦੀ। ਮੈਂ ਕਿਹਾ ਕਿੱਥੇ ਗਿਆ ਮੇਰਾ ਪੁੱਤ? ਮੈਂ ਰੋਟੀ ਖਾਧੀ ਕਿ ਨਹੀਂ ਖਾਧੀ ਇਹੋ ਵੇਖਣੀ ਆ, ਰੋਟੀ ਖਾਧੀ ਮੇਰੇ ਪੁੱਤ ਨੇ ਕਿ ਨਹੀਂ। ਉਹਦੀ ਸਾਰਿਆਂ ਨੂੰ ਖਵਾ ਕੇ ਆਪ ਹੋਰ ਤਰ੍ਹਾਂ ਦਾ ਮੂੰਹ ਬਣਾ ਕੇ ਬੈਠੀ ਰਹੇ। ਚਲੋ ਹੁਣ ਰੋਟੀ ਖਾ ਕੇ ਪੁੱਤ ਪੱਖੇ ਅੱਗੇ, ਹੁਣ ਸ਼ਾਮਾਂ ਨੂੰ 5 ਵਜੇ 5:30 ਵਜੇ ਬੱਚਿਆਂ ਕੋਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਤੁਸੀਂ ਸਾਰੇ? ਉਮੀਦ ਹੈ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਅਤੇ ਅੱਜ ਸਵੇਰ ਜੀ ਕੰਮ ਕੁੰਮ ਕਰਕੇ ਅਤੇ ਆਪਾਂ ਬਾਅਦ ਵਿੱਚ ਮੈਂ ਸੌਂ ਗਈ ਸੀਗੀ, ਅਤੇ ਹੁਣ ਉੱਠੀ ਹਾਂ, ਹੁਣ 2 ਵੱਜ ਗਏ ਨੇ। ਅਤੇ ਆਪਣੇ ਵਾਸਤੇ ਆਪਾਂ ਬਣਾ ਰਹੇ ਹਾਂ ਰਾਈਸ, ਅਤੇ ਪਾਪਾ ਕਹਿਣ ਡੇ ਕਿ ਰੀਤ ਨੂੰ ਤੂੰ ਬਨਾਨਾ ਸ਼ੇਕ ਬਣਾ ਕੇ ਦੇ, ਅਤੇ ਬਾਅਦ 'ਚੋਂ ਬੁਲਾਉਂਦੀ ਹਾਂ ਤੁਹਾਨੂੰ, ਕਿਉਂਕਿ ਹਜੇ ਸਿਮਰਤ ਸੁੱਤੀ ਹੋਈ ਆ ਨਾ, ਰੀਤ ਉੱਠ ਗਈ ਆ, ਸਾਰੇ ਉੱਠਦੇ ਆ, ਫਿਰ ਬੈਠਦੇ ਹਾਂ, ਅਤੇ ਫਿਰ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੀ ਸਾਰਿਆਂ ਨੂੰ। ਅਤੇ ਪਾਪਾ ਬਣਾ ਰਹੇ ਆ ਚਟਨੀ, ਅਤੇ ਚਲੋ ਉਹ ਵੀ ਤੁਹਾਨੂੰ ਦਿਖਾਉਂਦੀ ਹਾਂ, ਅਤੇ ਮੈਂ ਬਣਾ ਰਹੀ ਹਾਂ ਬਨਾਨਾ ਸ਼ੇਕ ਅਤੇ ਰਾਈਸ, ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਚਲੋ ਜੀ, ਅਤੇ ਬਨਾਨਾ ਸ਼ੇਕ ਰੈਡੀ, ਥੋੜ੍ਹਾ ਪਤਲਾ ਬਣਾਉਂਦੀ ਰੀਤ ਵਾਸਤੇ, ਕਿਉਂਕਿ ਉਹ ਇੰਨਾ ਸੰਘਣਾ ਨਹੀਂ ਇਹਨੂੰ ਪੀਂਦੀ ਹੈਗੀ, ਇੱਦਾਂ ਪਤਲਾ ਥੋੜ੍ਹਾ ਪੀ ਲੈਂਦੀ ਆ, ਅਤੇ ਸਿਮਰਤ ਪੀਂਦੀ ਨਹੀਂ ਆ ਬਨਾਨਾ ਸ਼ੇਕ, ਟਰਾਈ ਕਰਾਂਗੇ ਉਹਨੂੰ ਵੀ ਦੇਣ ਦਾ। ਚਲੋ ਆਹੋ, ਇਹ ਦਾਦੂ ਦੀ ਫਰਮਾਇਸ਼ ਹੈ, ਉੱਠਦਾ ਬਨਾਨਾ ਸ਼ੇਕ ਦਿਓ ਇਹਨੂੰ। ਪਾਪਾ ਤੁਸੀਂ ਕੀ ਕਰਨ ਚਟਨੀ ਕੀ ਪਾਇਆ? ਪੁਦੀਨਾ, ਮੂੰਗੀ ਛਿਲਕੇ, ਮਾਂਹ ਛਿਲਕੇ, ਅਦਰਕ ਲਸਣ ਪਿਆਜ, ਲੂਣ ਵਿੱਚ ਪਾਉਂਦੇ ਹੋ ਮਿਕਸੀ ਵਾਲਾ ਧਿਆਨ ਨਹੀਂ ਡੱਬਾ ਮੇਰਾ ਪੁੱਤ? ਹਾਂਜੀ ਨਹੀਂ, ਉਹਦੇ ਵਿੱਚ ਪਾਈ ਮੈਂ ਕਿਹਾ ਦਿਖਾ ਦਿੰਦੇ ਸਾਰਿਆਂ ਨੂੰ, ਰੋਜ਼ ਡੇਲੀ ਵਲੌਗਿੰਗ ਜੋ ਕਰਨੀ। ਠੀਕ ਇਹ ਵੀ ਫਿਰ ਮੇਰਾ ਕੰਮ ਆ, ਫਿਰ ਇਹ ਕਰਨਾ ਹੁੰਦਾ ਰੋਜ਼। ਨੀਂਦ ਪੀ ਚੱਲੀ ਬਣਾਣਾ ਸ਼ੇਕ, ਤੂੰ ਵੀ ਪੀ, ਉੱਠ ਉੱਠੋ ਬੁੱਢੇ, ਉੱਠੋ ਪਾਣੀ ਪੂਣੀ ਪੀਓ। ਆ ਨੀਂਦ ਪੀਂਦੇ ਟਾਈਮ ਵੱਜ ਗਿਆ, ਆਵਾਜ਼ ਨਾ ਨਾ ਤਾਂ ਨੀਂਦ ਨੂੰ। ਚਲੋ ਬਣਾਉਨੇ ਫਿਰ ਦਿਖਾਉਨੇ ਆ ਖਾਣ ਦੇ ਸਾਰੇ ਜਣ। ਉਹ ਫਿਰ ਫੋਨ ਵੇਂਦੀ ਹੈ ਨਾ, ਮੰਮਾ ਦੀ ਡਿਊਟੀ ਰੋਟੀ ਖਵਾਉਣ ਦੇ ਲੱਗ ਗਈ, ਉਹਨਾਂ ਦੀ ਪਈ ਰੋਟੀ, ਮੈਂ ਠੰਡੀ ਹੋ ਜਾਣੀ ਆ ਵੱਡੀ ਬੋਟਲ ਚ ਪਾਣੀ, ਇਹਦੇ ਚ ਪਾਣੀ ਮੈਂ ਪਾਵਾਂ ਨਾ, ਕਿੱਦਾਂ ਪਾਵਾਂ
ਚਟਨੀ ਕਿਵੇਂ ਬਣੀ ਪਾਪਾ? ਵਧੀਆ ਹੈ ਚਟਨੀ ਆ, ਸਬਜ਼ੀ ਦਾ ਲਾ ਕੇ ਬੜੀ ਸਵਾਦ ਆਉਂਦੀ। ਚਟਨੀ ਦੇ ਵੀ ਚਟਨੀ ਉਹ ਨਹੀਂ ਸਵਾਦ ਨਹੀਂ ਲੱਗਦੇ, ਪਹਿਲੀ ਸਬਜ਼ੀ ਵੀ ਨਹੀਂ ਭੰਗੜਾ ਪਾਉਂਦੀ ਖਾ ਕੇ ਚੌਲ। ਸਿਮਰਤ ਸਵਾਦ ਆ ਥੋੜਾ ਗਰਮੀ ਜ਼ਿਆਦਾ ਵਾ ਨਾ, ਗਰਮੀ ਝੱਲਣ ਨੀ ਡਈਆਂ ਹਜੇ। ਦੋਵਾਂ ਨੂੰ ਬੁਖਾਰ ਹੋ ਗਿਆ, ਲੈ ਕੇ ਚੱਲੇ ਬਾਜ਼ਾਰ। ਕਿੱਥੇ ਸਿੰਮੂ? ਪੀ ਆ ਗਈ। ਚਲੋ ਚੱਲੀਏ ਫਿਰ, ਚਲੋ ਚਲੋ ਚੱਲ ਸਿੰਮੂ। ਇਸ ਘੱਟੇ ਕਰਕੇ ਉਹਨਾਂ ਬੱਚੇ ਦੋਵੇਂ ਸ਼ਹਿਰ ਭੇਜਤੇ ਆ, ਨਾਲੇ ਤਾਂ ਦਵਾਈ ਲੈ ਆਉਣਗੇ, ਨਾਲੇ ਘੱਟੇ ਤੋਂ ਬੱਚੇ ਰਹਿਣਗੇ। ਬਹਿ ਕੇ ਪੀਣਾ ਉਹਨੇ, ਪੀ ਲੋ ਸੋਨੇ, ਪੀ ਲੋ। ਉਹਨੇ ਬਹਿ ਕੇ ਪੀਣਾ ਸਾਡੇ ਵਾਂਗੂ। ਮੰਮਾ ਦਾ ਮੂੰਹ ਵੇਖੋ, ਝੱਗ ਲੱਗ ਗਈ ਉੱਪਰ।